ਸੰਗਰੂਰ ਧਰਨੇ ਤੋਂ ਵਾਪਸ ਆ ਰਹੇ ਟਰੈਕਟਰ ਟਰਾਲੀ ਦੇ ਵਿੱਚ ਮੌਜੂਦ ਕਿਸਾਨਾਂ ਦੇ ਉੱਤੇ ਇੱਕ ਨੌਜਵਾਨ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਕਿਸਾਨਾਂ ਦੀ ਮਦਦ ਕਰਨ ਵਾਲੇ ਇੱਕ ਨੌਜਵਾਨ ਦੇ ਮੂੰਹ ਦੇ ਉੱਤੇ ਉਸ ਹਮਲਾਵਰ ਨੇ ਆਪਣੇ ਦੰਦਾਂ ਦੇ ਨਾਲ ਟੱਕ ਵੜ ਦਿੱਤਾ, ਜਿਸ ਦੇ ਚਲਦੇ 5 ਇੰਚ ਗਹਿਰਾ ਉਸ ਦੇ ਜ਼ਖਮ ਹੋ ਗਿਆ। ਜਿੱਥੇ ਕਿਸਾਨਾਂ ਦੇ ਉੱਤੇ ਉਸ ਨੌਜਵਾਨ ਦੇ ਵੱਲੋਂ ਹਮਲਾ ਕੀਤਾ ਗਿਆ, ਉੱਥੇ ਹੀ ਉਸ ਦੇ ਬੈਗ ਦੇ ਵਿੱਚੋਂ ਕਈ ਹੋਰ ਵੀ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਨੇ। ਕਿਸਾਨਾਂ ਦੇ ਮੁਤਾਬਕ ਹਮਲਾਵਰ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਕਿਸਾਨਾਂ ਨੇ ਉਸ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਵਿੱਕੀ ਜੀ, ਕਿੱਥੇ ਰਹਿਣ ਵਾਲੇ ਹੋ? ਪਿੰਡ ਉਪਲੀ ਜੀ। ਕੀ ਕਰਨਾ ਹੋਇਆ ਅੱਜ? ਆਪਣਾ ਜੀ ਮਹਿਲਾ ਰੋਡ ਨਹੀਂ ਹੈਗਾ ਜੀ, ਜਿਹੜਾ ਜਾਂਦੇ ਹੈਗੇ ਆਪਾਂ ਘਰਾਟਾਂ ਨੂੰ। ਅਸੀਂ ਘਰਾਟਾਂ ਨੂੰ ਜਾ ਰਹੇ ਸੀਗੇ ਅਤੇ ਉੱਥੋਂ ਕਿਸਾਨਾਂ ਦੀ ਟਰਾਲੀ ਦੇਖੀ ਅਤੇ ਉਹ 'ਚ ਕੋਈ ਗਲਤ ਹੰਸ ਚੜਿਆ ਹੋਇਆ ਸੀਗਾ ਜੀ ਟਰਾਲੀ 'ਚ, ਅਤੇ ਬਜ਼ੁਰਗਾਂ ਦੇ ਲੱਗ ਗਿਆ ਕਿਰਚਾ ਮਾਰਨਾ। ਉਹਨੇ ਚਾਕੂ ਕੱਢ ਲਿਆ, ਇੱਕ ਦੋ ਬਜ਼ੁਰਗਾਂ ਦੇ ਵੀ ਚਾਕੂ ਮਾਰੇ ਉਹਨੇ, ਅਤੇ ਉਦੋਂ ਬਾਅਦ 'ਚੋਂ ਅਸੀਂ ਚਲੋ ਛਡਾਉਣ ਵਾਸਤੇ ਉਹਨੂੰ, ਉਦੋਂ ਬਾਅਦ 'ਚੋਂ ਉੱਧਰੋਂ ਖੇਤਾਂ 'ਚ ਭੱਜ ਗਿਆ ਉਹ, ਖੇਤਾਂ 'ਚੋਂ ਲਿਆਂਦਾ ਉਹਨੂੰ। ਚਲੋ ਉੱਥੇ ਹੱਥੋਂ ਪਾਈ ਹੋਈ ਉਹਨੂੰ ਕੁੱਟਣ ਲੱਗ ਗਏ ਸਾਰੇ, ਅਤੇ ਉਦੋਂ ਬਾਅਦ 'ਚੋਂ ਮੇਰੇ ਕੰਨੀ ਨੂੰ ਹੋ ਗਿਆ ਅਤੇ ਉਹਨੇ ਮੇਰੇ ਬੁਰਕ ਭਰ ਲਿਆ, ਦੰਦੀ ਵੱਢ ਲਈ ਉਹਨੇ। ਹਾਂ ਜੀ, ਮਾਸ ਉਹਨੂੰ ਆਉਣਾ ਹੀ ਨਹੀਂ ਪਤਾ, ਉਹਦਾ ਨਿਗਾਹ ਨੂੰ ਗਈ। ਮਾਸ ਨਸ਼ੇੜੀ ਬੰਦਾ ਸੀਗਾ ਜੀ, ਸ਼ਾਇਦ ਕੁਛ ਖਾਧਾ ਪੀਤਾ ਹੋਇਆ ਸੀਗਾ ਜੀ, ਉਹਦਾ ਕਿਸੇ ਨੂੰ ਲਵੇ ਵੀ ਲੱਗਣ ਦੇ ਰਿਹਾ ਸੀਗਾ ਜੀ। ਬਾਅਦ 'ਚ ਹੀ ਮੈਨੂੰ ਆਪਣਾ ਕਿਸਾਨ ਜਥੇਬੰਦੀ ਦਾ ਆਦਮੀ ਉਰੇ ਹੋਸਪਿਟਲ 'ਚ ਲੈ ਕੇ ਆਏ ਨੇ ਜੀ, ਐਮਰਜੈਂਸੀ। ਹੁਣ ਮੈਨੂੰ ਪਟਿਆਲੇ ਰੈਫਰ ਕਰਨਗੇ ਜੀ, ਅਤੇ ਸਰਜਰੀ ਹੋ ਗਈ ਜੀ ਪਲਾਸਟਿਕ। ਉਹ ਬੰਦਾ ਉੱਥੇ ਹੀ ਫੜ ਰੱਖਿਆ ਗਾ ਜੀ, ਉਹਦਾ ਹੁਣ ਦੇਖੋ ਵੀ ਕਿਸਾਨ ਬੰਦੀ ਕੀ ਕਰਦੇ ਨੇ ਜੀ, ਵੀ ਉਹਨੂੰ ਛਡਾਉਣਗੇ ਜਾਂ ਉਹਦੇ 'ਤੇ ਪਰਚਾ ਦੇਣਗੇ ਜੀ। ਤੁਸੀਂ ਕਿੱਥੇ ਜਾ ਰਹੇ ਸੀ? ਅਸੀਂ ਘਰਾਟਾਂ ਜਾ ਰਹੇ ਸੀਗੇ ਜੀ, ਅਸੀਂ ਕਿਸਾਨ ਯੂਨੀਅਨ ਦੇ ਵੀ, ਚਲੋ ਸਾਡਾ ਵੀ ਪਿੰਡ ਉਪਲੀ ਵੀ ਜਾਂਦੇ ਨੇ ਜੀ ਕਿਸਾਨਾਂ ਵੱਲੋਂ। ਮੈਂ ਪਹਿਲਾਂ ਦਿੱਲੀ ਵੀ ਜਾ ਕੇ ਆਇਆ ਜੀ ਕਿਸਾਨਾਂ ਨਾਲ, ਚਲੋ ਮੈਂ ਦੇਖ ਕੇ ਖੜ ਗਿਆ, ਅਸੀਂ ਗੱਡੀ ਰੋਕ ਲਈ ਆਪਣੀ ਕਿਸਾਨਾਂ, ਵੀ ਚਲੋ ਭਾਈਚਾਰਾ ਵੀ ਹੈਲਪ ਕਰ ਦਈਏ ਜੀ। ਬਸ ਉਹਦੇ ਕਰਕੇ ਮੇਰੇ ਨਾਲ ਆਹ ਘਟਨਾ ਵਾਪਰ ਗਈ। ਉਹਦੀ ਉਮਰ ਘੱਟੋ ਘੱਟ ਲਗਭਗ ਹੀ ਹੋਊਗੀ 28-27 ਸਾਲ ਦੀ ਜੀ। ਨਸ਼ਾ ਨੁਸ਼ਾ ਫੁੱਲ ਕੀਤਾ ਹੋਇਆ ਸੀਗਾ ਜੀ, ਕਿਸੇ ਲਵੇ ਲੱਗਣ ਦੇ ਰਿਹਾ ਸੀਗਾ ਜੀ। ਉਹਦੇ ਬੈਗ 'ਚੋਂ ਇੱਕ ਚਾਕੂ ਨਿਕਲਿਆ ਗਿਆ ਜੀ, ਚਾਕੂ ਦਾ ਕਵਰ ਸੀਗਾ, ਬਾਕੀ ਹੋਰ ਸਮਾਨ ਸੱਪਾ ਸੀਗਾ ਜੀ। ਹਾਂ ਜੀ, ਬਜ਼ੁਰਗਾਂ ਦੇ ਮਾਰੇ ਇੱਕ ਦੋ ਦੇ ਕਰਚੂ ਜੀ, ਸ਼ਾਇਦ ਪਤਾ ਨਹੀਂ ਤਾਂ ਉਹਨਾਂ ਤੋਂ ਪੈਸੇ ਪੂਸੇ ਖਵਾਉਂਦਾ ਸੀਗਾ, ਪਤਾ ਨਹੀਂ ਕੀ ਗੱਲ ਜੀ। ਨਾ ਜੀ, ਪਹਿਲਾਂ ਕਦੇ ਨਹੀਂ ਦੇਖਿਆ ਜੀ। ਮੇਰਾ ਨਾਮ ਡਾਕਟਰ ਰਵਿੰਦਰ ਲਾਲ ਜੀ। ਸਰ, ਜਿਹੜਾ ਹੁਣ ਕੇਸ ਆਇਆ ਉਹਦੇ ਬਾਰੇ ਪੁੱਛਣਾ ਸੀ। ਸਾਡੇ ਕੋਲ ਇੱਕ ਪੇਸ਼ੈਂਟ ਵਿੱਕੀ ਆਇਆ ਜੀ, ਸਨ ਆਫ ਕੇਵਲ ਸਿੰਘ ਅਤੇ ਰਹਿਣ ਵਾਲਾ ਉਪਲੀ ਦਾ, ਅਤੇ ਉਹਦੇ ਕਿਸੇ ਬੰਦੇ ਨੇ ਦੰਦੀ ਦੰਦੀ ਵੱਢ ਲਈ ਹੈ, ਸੱਜੀ ਗੱਲ 'ਤੇ, ਅਤੇ ਉਹਦਾ ਮੈਡੀਕਲ ਕਰਿਆ ਸੀ ਅਤੇ ਪਰਚਾ ਕੱਟਿਆ ਅਤੇ ਦੰਦਾਂ ਵਾਲੇ ਡਾਕਟਰ ਨੂੰ ਬੁਲਾਇਆ, ਅਤੇ ਦੰਦਾਂ ਵਾਲੇ ਡਾਕਟਰ ਅੱਗੇ ਦੇਖਣਗੇ ਕੀ ਕਰਨਾ। ਸਰ, ਜ਼ਖਮ ਫਸਟ ਪਹਿਲੀ ਵਾਰ ਦੇਖਣ 'ਤੇ ਕਿਵੇਂ ਦਾ ਤੁਹਾਨੂੰ ਜ਼ਖਮ ਲੱਗਿਆ ਜੀ, ਕਿੰਨਾ ਕੁ ਜ਼ਿਆਦਾ? ਜ਼ਖਮ 5 ਸੈਂਟੀਮੀਟਰ ਦਾ ਹੈ ਅਤੇ 2 ਸੈਂਟੀਮੀਟਰ ਚੌੜਾ। ਠੀਕ ਹੈ ਜੀ, ਗਲਤ ਬੰਦੇ? ਹਾਂ, ਸੱਜੀ ਗੱਲ 'ਤੇ। ਹੁਣ ਸਰ ਤੁਹਾਡੇ ਮੁਤਾਬਕ ਕੀ ਟ੍ਰੀਟਮੈਂਟ ਹੋਊਗਾ ਜੀ? ਇਹਦਾ ਮਤਲਬ ਦੰਦਾਂ ਵਾਲੇ ਡਾਕਟਰ ਹੀ ਦੱਸਣਗੇ ਜੀ ਉਹ ਕੀ ਟ੍ਰੀਟਮੈਂਟ ਕਰਕੇ ਭੇਜਦੇ ਨੇ, ਅੱਗੇ ਭੇਜਦੇ ਨੇ ਜਾਂ ਇੱਥੇ ਰੱਖਣਗੇ, ਉਹਨਾਂ ਦਾ ਇੱਛਾ ਹੋਵੇ। ਠੀਕ ਹੈ। ਮੇਰਾ ਨਾਮ ਬਲਦੀਪ ਸਿੰਘ ਹੈ ਜੀ। ਕੀ ਹਾਦਸਾ ਹੋਇਆ ਅੱਜ? ਹਾਦਸਾ ਇਹ ਹੋਇਆ ਜੀ, ਮੈਂ ਅਤੇ ਮੇਰਾ ਭਰਾ, ਅਸੀਂ ਭਰਾ ਦਾ ਕੀ ਨਾਮ? ਵਿੱਕੀ ਸਿੰਘ, ਪਿੰਡ ਉਪਲੀ ਹੈ ਮੇਰਾ, ਅਤੇ ਅਸੀਂ ਘਰਾਟ ਜਾ ਰਹੇ ਤੇ ਕਈ, ਅਤੇ ਉੱਥੇ ਰਸਤੇ ਦੇ ਵਿੱਚ ਇੱਕ ਕਿਸਾਨਾਂ ਦੀ ਧਰਨੇ ਟਰਾਲੀ ਜਾ ਰਹੀ ਸੀ, ਕਿਸਾਨ ਯੂਨੀਅਨ ਦੀ, ਅਤੇ ਉਹ ਅੱਜ ਬਹੁਤ ਵੱਡਾ ਕਿਸਾਨਾਂ ਦਾ ਧਰਨਾ ਸੀ, ਅਤੇ ਉਹਦੇ ਵਿੱਚ ਇੱਕ ਬੰਦਾ ਚੜ੍ਹਿਆ, ਜਦੋਂ ਵੀ ਉਹਨੇ ਰਸਤੇ ਵਿੱਚ ਕਿਸਾਨਾਂ ਦੇ ਬਾਹਰ ਕਰਤਾ, ਵੀ ਉਹ ਬੰਦਾ ਬਾਹਰ ਕਰਕੇ ਕਿਸਾਨਾਂ ਦੇ ਭੱਜ ਗਿਆ। ਜਦੋਂ ਅਸੀਂ ਰਸਤੇ ਦੇ ਵਿੱਚ ਰੋਕੇ, ਮਾਰ ਗੱਡੀ 'ਤੇ ਜਾ ਰਹੇ ਸੀ, ਰਸਤੇ ਰੋਕ ਕੇ ਉਸਨੇ ਦੇਖਿਆ ਜਦੋਂ ਕਿਸਾਨ ਭੱਜੇ ਜਾ ਰਹੇ ਤੇ, ਤਾਂ ਅਸੀਂ ਉਹਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਵੀ ਮਗਰ ਉਹਦਾ ਗਏ। ਠੀਕ ਹੈ ਜੀ, ਉਹ ਵਾਹਣ ਦੇ ਵਿੱਚੋਂ ਗੀਰੇ ਜੂਰੇ ਪਕੜ ਕੇ ਲਿਆ ਕੇ ਅਸੀਂ ਰੋਡ 'ਤੇ ਚਾੜ ਲਿਆ ਬੰਦਾ। ਰੋਡ 'ਤੇ ਚਾੜ ਕੇ ਅਸੀਂ ਨੇ ਕੀ ਕਰਿਆ, ਵੀ ਅਸੀਂ ਪੁੱਛਿਆ ਕਿਸੇ ਕੀਤੀ ਉਦੋਂ ਵੀ ਕੀ ਕਾਰਨ ਸੀ, ਉਹਨੇ ਦੁਬਾਰਾ ਫਿਰ ਕਿਸਾਨਾਂ ਦੇ ਵਾਰ ਕਰਤਾ, ਉਹਦੇ ਲਵੇ ਕਿਰਚ ਦੀ ਬੰਦੇ ਲਵੇ। ਠੀਕ ਆ, ਮੇਰੇ ਭਾਈ ਨੇ ਰੋਕਣਾ ਚਾਹਿਆ ਤਾਂ ਮੇਰੇ ਭਾਈ ਦੇ ਉਹਨੇ ਇੰਨੀ ਜ਼ਬਰਦਸਤ ਦੰਦੀ ਵੱਢ ਲਈ ਵੀ ਮਾਸ 'ਚ ਚਵਾ ਗਿਆ ਉਹ ਮੂੰਹ ਦਾ। ਠੀਕ ਹੈ ਜੀ, ਚਵਾ ਗਿਆ? ਹਾਂ ਜੀ, ਮਾਸ ਚਵਾ ਗਿਆ ਉਹ ਮੂੰਹ ਦਾ ਜੀ, ਵੀ ਬੰਦੇ ਦਾ ਨਸ਼ਾ ਇੰਨਾ ਜ਼ਿਆਦਾ ਕੀਤਾ ਹੋਇਆ ਸੀ, ਉਹ ਪਤਾ ਨਹੀਂ ਸੀ ਵੀ ਬੰਦਾ ਹੈ ਕੌਣ ਸੀ, ਵੀ ਨਾ ਉਹ ਨੇੜੇ ਤੇੜ ਦਾ ਬੰਦਾ ਸੀ, ਕੋਈ ਇਹ ਕਰ ਜਿਵੇਂ ਹਰਿਆਣੇ ਦਾ ਗਾ, ਗੱਲ 'ਚ ਉਹਦੇ ਸੋਨੇ ਦੀ ਚੈਨ ਹੀ ਪਾਈ ਹੋਈ ਸੀ ਬਹੁਤ ਭਾਰੀ। ਠੀਕ ਹੈ ਜੀ, ਲਾਲ ਰੰਗ ਦੀ ਟੀ ਸ਼ਰਟ ਦੀ ਔਰ ਕੈਪਰੀ ਪਾਈ ਹੋਈ ਸੀ ਉਹ ਬੰਦੇ ਦੀ, ਹੁਣ ਅਸੀਂ ਰੋਕਣਾ ਚਾਹਿਆ ਤਾਂ ਰੁਕਿਆ। ਬੈਗ 'ਚ ਕੀ ਮਿਲਿਆ? ਬੈਗ ਦੇ ਵਿੱਚ ਤਾਂ ਜੀ ਬਹੁਤ ਭਾਰੀ ਸੀ, ਵੀ ਕੱਪੜਾ ਲੀੜਾ ਹੋਰ, ਬਾਕੀ ਦੁਨੀਆ ਬਹੁਤ ਇਕੱਠੀ ਹੋ ਗਈ ਸੀ, ਕਿਸਾਨ ਜੂਨੇ ਟਰਾਲੇ ਟਰੂਲੇ ਰੋਡ ਦੇ ਉੱਪਰ ਬਹੁਤ ਕਰੇ ਤੇ, ਬਾਕੀ ਬਜ਼ੁਰਗ ਮਾਤਾ ਭੈਣਾਂ ਬਹੁਤ ਜ਼ਿਆਦਾ ਸੀ, ਕੋਈ ਕਾਰਨ ਕੀਤੀ ਉਹਦਾ ਕੋਈ ਵੱਡਾ ਕਲੇਮ ਕਰਨ ਦਾ ਉਹ ਸੀ ਮਾਹੌਲ ਸੀ। ਤੁਹਾਡੇ ਭਾਈ ਦੇ ਮਤਲਬ ਜਿਹੜੀ ਸੱਟ ਲੱਗੀ ਹੈ ਜਾਂ ਜ਼ਖਮ ਆ, ਕਿਹੋ ਜਿਹਾ? ਜ਼ਖਮ ਤਾਂ ਜੀ ਬਹੁਤ ਜ਼ਬਰਦਸਤ ਆ ਗਿਆ, ਵੀ ਉਹਦਾ ਸਾਰਾ ਮੂੰਹ ਖਰਾਬ ਕਰਤਾ, 22 ਸਾਲ ਦੀ ਉਮਰ ਆ ਭਾਈ ਦੀ, ਹਜੇ ਪੜ੍ਹਾਈ ਵੀ ਕਰ ਰਹੇ ਨਾਲ ਨਾਲ। ਡਾਕਟਰ ਨੇ ਕੀ ਕਿਹਾ? ਡਾਕਟਰ ਨੇ ਉਰੋਂ ਸੰਗਰੂਰ ਤੋਂ ਰੈਫਰ ਕਰ ਰਿਹਾ ਪਟਿਆਲੇ ਲਈ ਸਰਜਰੀ ਵਾਸਤੇ।
ਹੈ ਕੋਈ ਇਹ ਨਹੀਂ ਹੈਗਾ ਵੀ ਅਸੀਂ ਗਰੀਬ ਘਰ ਦੇ ਜਵਾਕ ਹਾਂਗੇ ਮੰਗ ਕੀ ਕਰਦੇ ਹੋ ਕਾਰਵਾਈ ਕੀ ਹੋਣੀ ਚਾਹੀਦੀ ਕਾਰਵਾਈ ਉਹ ਬੰਦੇ ਦੇ ਵੀ ਆਉਣੀ ਚਾਹੀਦੀ ਬਾਕੀ ਸਾਡਾ ਸਾਰੇ ਕਿਸਾਨ ਜੁਨਾਂ ਨੂੰ ਇਹ ਬੇਨਤੀ ਹੈਗੀ ਵੀ ਮੇਰੇ ਭਾਈ ਨੇ ਸਿਰਫ ਕਿਸਾਨ ਜੁਨਿਆਂ ਪਿੱਛੇ ਇਹ ਗੱਲ ਕੀਤੀ ਠੀਕ ਹੈ ਜੀ ਹਾਂ ਵੀ ਪਤਾ ਲੱਗਣਾ ਚਾਹੀਦਾ ਵੀ ਕਾਰਨ ਕੀ ਤੇ ਕੌਣ ਬੰਦਾ ਤੀ ਵੀ ਕੀ ਉਹ ਤੀ ਵੀ ਸਾਨੂੰ ਬਣਦੀ ਕਾਰਵਾਈ ਦਾ ਬੈਗ ਨੂੰ ਲੋਕ ਸੀ ਹਾਂ ਬੈਗ ਨੂੰ ਲੋਕ ਸੀ ਕਾਰਨ ਇਹ ਵੀ ਉਹਦੀ ਬਣਦੀ ਕਾਰਵਾਈ ਕਰੀ ਜਾਵੇ ਠੀਕ ਹੈ ਜੀ ਬਾਕੀ ਇਹਦੇ ਮੇਰੇ ਭਾਈ ਦੇ ਜੋ ਵੀ ਖਰਚਾ ਆਏਗਾ ਉਹ ਕਿਸਾਨ ਜੁਨਿਆਂ ਸਾਡੇ ਨਾਲ ਨੇ ਠੀਕ ਹੈ ਸਾਡੀ ਇਹ ਬੇਨਤੀ ਹੱਥ ਬੰਨ ਕੇ ਸਾਨੂੰ ਕਹਿੰਦਾ ਹੱਥ ਦੇਣ ਲੱਗ ਗਿਆ ਸੀਗਾ ਵੀ ਚੱਲ ਜੂਨ ਆਪਾਂ ਜਾ ਰਹੇ ਹੱਥਾਂ ਨਾਲ ਰਹਿਵਾਂ ਵੀ ਜਾਂ ਬਿਠਾ ਲੈ ਆ ਟਰਾਲੀ ਵਿੱਚ ਬਹਿ ਗਏ ਇਹਨੇ ਕੀ ਕਰਿਆ ਗਿਰਚ ਕੱਢ ਲਈ ਗਿਰਚ ਕੱਢ ਲਈ ਸੀਗਾ ਵੀ ਕੀ ਕਰੇਗਾ ਕਹਿੰਦਾ ਨਿਬੇੜਦਾ ਕੰਮ ਆ ਕਹਿੰਦਾ ਇੰਨੇ ਕਹਿੰਦਾ ਮੈਂ ਇੱਕ ਮਿੰਟ 'ਚ ਮਾਰ ਦੂੰ ਨਿਬੇੜਦਾ ਕੰਮ ਨਿਬੇੜਦਾ ਸੀਗਾ ਕੀ ਨਿਬੇੜੇਗਾ ਉਹਦਾ ਮੁੰਡੇ ਦੇ ਹੱਥ ਲੱਗੀ ਗਿਰਚ ਆ ਉਹ ਰਾਮਚੰਦ ਦੇ ਰਾਮਚੰਦ ਨੇ ਫੜ ਲਿਆ ਉਹਦੇ ਗਿਰਚ ਲੱਗੀ ਮਗਰੋਂ ਜੱਫਾ ਕਰ ਲਏ ਤਿੰਨ ਚਾਰ ਜਣੇ ਉਹਦਾ ਇਹਦੀ ਟਰੈਕਟ ਦੇਖਦੀ ਮੈਂ ਕਿਹਾ ਰੋਕ ਲਓ ਟਰੈਕਟ ਨਹੀਂ ਰੋਕਿਆ ਗਾਂ ਰੋਕਾ ਆਪਣਾ ਸੌ ਆਪਣਾ ਲੱਗ ਗਿਆ ਕਿੱਲੇ ਵਾਂਗੂ ਲੱਗ ਗਿਆ ਕਿੰਨੇ ਕੁ ਬੰਦੇ ਟਰਾਲੀ ਤੁਸੀਂ 15 ਜਾਣੇ ਆ ਬੱਚੇ ਬੁੜੀਆਂ ਸੀ ਬੁੜੀਆਂ ਦੇ ਵਿੱਚ ਆ ਅੱਛਾ ਕਿੱਥੋਂ ਬਿਠਾਇਆ ਸੀ ਇਹ ਖੇੜੀ ਤੋਂ ਪਿਛੋਂ ਖੇੜੀ ਤੋਂ ਆਹ ਉਰੀ ਕਰਿਆ ਕੰਮ ਉਹ ਕਿਹੜੇ ਟਰਾਲੀ ਬਾਈ ਅਤੇ ਇਹ ਭਰਾਵਾ ਉਹਦਾ ਸਾਨੂੰ ਐਂ ਦੀ ਮਗਰ ਖਿੱਚੂਗਾ ਬੰਦਿਆਂ ਨੂੰ ਇਹਦਾ ਬਾਈ ਛਾਲ ਰੋਕੀ ਛਾਲ ਕੇ ਬੂਟ ਪਾਏ ਤਾਂ ਅਸੀਂ ਚੱਪਲਾਂ ਪਾਉਂਦੇ ਪਾਉਂਦੇ ਨੇ ਭੱਜ ਗਿਆ ਉੱਥੋਂ ਪਰ ਕੇ ਲਿਆਉਂਦਾ